ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੱਜ 7 ਸਤੰਬਰ ਦੀ ਜਿਹੜੀ ਪੰਜਾਬ ਬੰਦ ਦੀ ਕਾਲ ਆ ਵਾਲਮੀਕੀ ਤਿਰਤ ਤੋਂ ਹੁਕਮਨਾਮਾ ਆਇਆ ਸੀ, ਉਹਦੇ ਤਹਿਤ ਅੱਜ ਜਿਹੜਾ ਇਹ ਪ੍ਰੋਟੈਸਟ ਆ ਉਹ ਚੱਲ ਰਿਹਾ ਸੀ ਵਾਲਮੀਕੀ ਚੌਂਕ ਦੇ ਵਿੱਚ। ਆ ਚੰਦਨ ਗਰੇਵਾਲ ਸਰ ਸਾਡੇ ਨਾਲ ਆ, ਸਰ ਕੀ ਕਹਿਣਾ ਚਾਹੁੰਦੇ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਤੇ ਕੀ ਮੰਗਾਂ ਨੇ ਤੁਹਾਡੀਆਂ? ਸਾਡੀ ਮੰਗ ਇੱਕੋ ਹੈ, ਜਿਹੜਾ ਕਲਰਸ ਟੀਵੀ ਦੇ ਉੱਤੇ ਆਰਾਮ ਸੀ ਆ ਕਿ ਲਵ ਕੁਝ ਜਿਹੜਾ ਸੀਰੀਅਲ ਚੱਲ ਰਿਹਾ, ਮੈਂ ਸਮਝਦਾ ਹਾਂ ਪ੍ਰੋਪਰ ਤੱਥਾਂ ਤੋਂ ਦੂਰ ਜਿਹੜਾ ਸੀਰੀਅਲ ਬਣਾਇਆ ਗਿਆ ਔਰ ਇਹਦੇ ਪਿੱਛੇ ਪਤਾ ਨਹੀਂ ਕਿਹਦੀ ਕੋਝੀ ਸਾਜ਼ਿਸ਼ ਹੈ, ਔਰ ਉਹ ਲੋਕ ਬੇਨਕਾਬ ਹੋਣੇ ਚਾਹੀਦੇ ਔਰ ਗ੍ਰਿਫਤਾਰ ਹੋਣੇ ਚਾਹੀਦੇ, ਸਾਡੀ ਤਾਂ ਇਹ ਮੰਗ ਆ। ਔਰ ਨਾਲ ਦੇ ਨਾਲ ਕਲਰਸ ਚੈਨਲ ਵੀ ਬੈਨ ਹੋਣਾ ਚਾਹੀਦਾ ਔਰ ਉਹਨੂੰ ਵੀ ਉਹਦਾ ਜਿਹੜਾ ਸੀਈਓ ਹੈਗਾ ਉਹਦੀ ਵੀ ਗ੍ਰਿਫਤਾਰੀ ਪੈਣੀ ਚਾਹੀਦੀ। ਸਰ ਜਿਹੜਾ ਇਹ ਪ੍ਰੋਟੈਸਟ ਆ ਉਹਦੇ ਦੌਰਾਨ ਕੱਲ੍ਹ ਸੁਭਾਸ਼ ਸੁੰਦੀ ਹੋਰਾਂ ਵੱਲੋਂ ਕਾਲ ਵਾਪਸ ਲੈ ਗਈ ਸੀ, ਉਹ ਕਹਿੰਦੇ ਕਿ ਗੁੰਮਰਾਹ ਕੀਤਾ ਗਿਆ ਸੀ, ਇਹਦਾ ਕਾਰਨ ਕੀ ਸੀਗਾ ਕਿ ਉਹਨਾਂ ਨੇ ਜਿਹੜਾ ਕਾਲ ਵਾਪਸ ਕਰ? ਮੈਂ ਸਭ ਤੋਂ ਪਹਿਲਾਂ ਜਿਹੜੀ ਕਾਲ ਕੀਤੀ ਆ ਸੰਤ ਸਮਾਜ ਵੱਲੋਂ ਉਹਦੀ ਸਾਰੇ ਹੀ ਸਮਾਜ ਦੀ ਸ਼ਲਾਘਾ ਕਰਦਾ ਔਰ ਜਿੰਨੇ ਵੀ ਮੇਰੇ ਸਾਥੀ ਨੌਜਵਾਨ ਸਾਥੀਆਂ ਨੇ ਕੱਲ੍ਹ ਸਟੈਂਡ ਲਾ ਕੇ ਭਾਰਤ ਬੰਦ ਜਿਹੜਾ ਪੰਜਾਬ ਬੰਦ ਦਾ ਸਮਰਥਨ ਕੀਤਾ, ਉਹਦੀ ਹਮਾਇਤ ਕੀਤੀ, ਉਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਪਹਿਲੀ ਵਾਰ ਹੋਇਆ ਸਾਡਾ ਅਕਾਲ ਤਖਤ ਜਿਹੜਾ ਜਿਹੜਾ ਵਾਲਮੀਕੀ ਤੀਰ ਤੋਂ ਜਿਹੜਾ ਮੈਸੇਜ ਸਾਨੂੰ ਸਾਰਿਆਂ ਨੂੰ ਲੱਗਾ ਵਾਲਮੀਕੀ ਆਸ਼ਰਮ ਤੋਂ, ਉਹਦੀ ਸਾਰੇ ਹੀ ਮੈਂ ਸਮਝਦਾ ਦੇਖ ਰਹੇ ਹਾਂ ਆਪਾਂ ਸਾਰੇ ਵੀ ਹਜ਼ੂਮ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਔਰ ਕਿੰਨਾ ਆਪਣੇ ਧਰਮ ਦੇ ਪ੍ਰਤੀ ਜਜ਼ਬਾ ਆ, ਤਾਂ ਇਹ ਜਜ਼ਬਾ ਇਸ ਜਜ਼ਬੇ ਨੂੰ ਸਲਾਮ ਆ, ਸਲਿਊਟ ਆ ਇਸ ਨੂੰ। ਔਰ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਿੱਖ ਜਥੇਬੰਦੀਆਂ ਰਵਿਦਾਸ ਭਾਈਚਾਰੇ ਤੋਂ, ਭਗਤ ਭਾਈਚਾਰੇ ਤੋਂ, ਸਮੁੱਚਾ ਜਿਹੜਾ ਸਮਾਜ ਆ ਔਰ ਜਨਰਲ ਸਮਾਜ ਤੋਂ ਵੀ ਮੇਰੇ ਨਾਲ ਨੇ ਲੋਕ ਜਿਹੜੇ ਹਿੰਦੂ ਸਮਾਜ ਤੋਂ ਵੀ ਆ, ਉਹ ਖੁਦ ਇਸ ਚੀਜ਼ ਦੀ ਨਿਖੇਧੀ ਕਰਦੇ ਹੋ, ਅਤੇ ਸਾਰਾ ਭਾਈਚਾਰਾ ਇਸ ਗੱਲ ਲਈ ਇੱਕਜੁੱਟ ਆ ਕਿ ਜਿਹੜਾ ਇਹ ਕਲਰ ਚੈਨਲ ਜਿਹੜਾ ਹੈਗਾ ਇਹਨੂੰ ਬੈਨ ਕਰਨਾ ਚਾਹੀਦਾ, ਜਿਹੜਾ ਲਵ ਕੁਛ ਕੇ ਸੀ ਆਰਾਮ ਕੇ ਲਵ ਕੁਛ ਜਿਹੜਾ ਸੀਰੀਅਲ ਹੈ ਬੈਨ ਹੋਣਾ ਚਾਹੀਦਾ। ਕਿ ਜਿਹੜਾ ਇਤਰਾਜ਼ ਉਹ ਪੰਜਾਬ ਸਰਕਾਰ ਲਈ ਹੈਗਾ ਜਾਂ ਸੈਂਟਰ ਗਵਰਨਮੈਂਟ ਲਈ ਆ ਤੁਹਾਡਾ? ਦੇਖੋ ਇਸ ਵੇਲੇ ਜਿਹੜੀ ਮੋਰਲ ਡਿਊਟੀ ਜਿਹੜੀ ਰਨਿੰਗ ਗਵਰਨਮੈਂਟ ਹੁੰਦੀ ਆ, ਮੈਂ ਸਮਝਦਾ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਮੇਵਾਰੀ 90% ਹੁੰਦੀ ਆ, ਅਤੇ ਮੈਂ ਸਮਝਦਾ ਜੇ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾਉਂਦੇ ਤਾਂ ਸ਼ਾਇਦ ਅੱਜ ਜਿਹੜਾ ਇਹ ਪ੍ਰਸਾਰਣ ਰੁਕ ਸਕਦਾ ਸੀਗਾ। ਕਿਉਂਕਿ ਸਰ ਜਦੋਂ ਜੈ ਹਨੂੰਮਾਨ ਸੀਰੀਅਲ ਚੱਲਦਾ ਸੀ ਉਦੋਂ ਬਾਦਲ ਪ੍ਰਕਾਸ਼ ਸਿੰਘ ਸੀਗੇ ਇੱਥੇ ਵਿਰਾਜਮਾਨ ਸੀਗੇ, ਉਹਦੇ ਦੌਰਾਨ ਉਹ ਜਦੋਂ ਇੱਥੇ ਉਹਦੀ ਡੈਪੋਟੇਸ਼ਨ ਲੈ ਕੇ ਗਏ ਸੀ ਅਟਲ ਬਿਹਾਰੀ ਵਾਜਪਾਈ ਤੋਂ, ਚੈਨਲ ਬੰਦ ਹੋ ਗਿਆ ਸੀ, ਚਾਹੇ ਮਸਲਾ ਉਦੋਂ ਵੀ ਸੈਂਟਰ ਗਵਰਨਮੈਂਟ ਦਾ ਸੀ, ਇਸ ਲਈ ਮੈਂ ਪੁੱਛਿਆ ਸੀਗਾ ਕਿ ਪੰਜਾਬ ਸਰਕਾਰ ਲਈ ਕਿੰਨਾ ਕੁ ਰੋਸ ਹੈ ਕਿ ਉਹਨਾਂ ਨੇ ਰੋਲ ਕਿੰਨਾ ਕੁ ਅਦਾ ਕੀਤਾ? ਨਹੀਂ ਰੋਸ ਨਹੀਂ ਹੁੰਦਾ, ਕਈ ਵਾਰੀ ਮਤਲਬ ਜਿਹੜੇ ਹਾਲਾਤ ਹੁੰਦੇ ਉਹ ਸ਼ਾਇਦ ਉੱਦਾਂ ਦੇ ਨਹੀਂ ਬਣ ਪਾਉਂਦੇ ਜੋ, ਸੋ ਅਸੀਂ ਬੇਨਤੀ ਕਰਦੇ ਹਾਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ, ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਔਰ ਜਿਹੜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਹੈਗਾ, ਜਾਤੀ ਇੰਟਰਸਟ ਲੈ ਕੇ ਕੌਮ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕੇ, ਜਿਸ ਤਰ੍ਹਾਂ ਕਿ ਪਿਛਲੇ ਦਿਨੀ ਰਵਿਦਾਸ ਮੰਦਰ ਨੂੰ ਲੈ ਕੇ ਐਡਾ ਵੱਡਾ ਇਸ਼ੂ ਹੋਇਆ, ਸੋ ਇੱਦਾਂ ਦੇ ਜਿਹੜੇ ਇਸ਼ੂਜ਼ ਹੁੰਦੇ ਕਿਸੇ ਧਰਮ ਨੂੰ ਲੈ ਕੇ ਜਿਹੜੇ ਹੋਣ ਉਹਦੇ ਵਿੱਚ, ਮੈਂ ਸਮਝਦਾ ਇਹਨਾਂ ਨੂੰ ਜਾਤੀ ਤੌਰ 'ਤੇ ਇੰਟਰਸਟ ਲੈ ਕੇ ਇੱਕ 10 ਕਦਮ ਅਗਾਂਹ ਹੋ ਕੇ ਫੈਸਲਾ ਲੈਣਾ ਚਾਹੀਦਾ। ਜੇ ਇਨ ਕੇਸ ਸੀਰੀਅਲ ਜਿਹੜਾ ਉਹ ਬੰਦ ਨਹੀਂ ਹੁੰਦਾ ਤਾਂ ਅਗਲਾ ਐਕਸ਼ਨ ਕੀ ਹੋਊਗਾ? ਅਗਲਾ ਐਕਸ਼ਨ ਇਹ ਹੋਏਗਾ, ਮੈਂ ਪੰਜਾਬ ਦੀ ਗੱਲ ਕਰਦਾ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਤੋਂ ਪੂਰੇ ਪੰਜਾਬ ਦੀ ਜਿਹੜੀ ਸਫਾਈ ਵਿਵਸਥਾ ਬੰਦ ਕਰਾਂਗੇ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।